ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਵ ਕ੍ਰੀਏਸ਼ਨ ਯੂਟਿਊਬ ਚੈਨਲ ਤੇ। ਅੱਜ ਮੈਂ ਤੁਹਾਡੇ ਲਈ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ। ਬੁਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਹੈ। ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ। ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ, ਲੇਡੀਜ਼ ਕਾਰਡੀਗਨ, ਜੈਂਟਸ ਸਵੈਟਰ, ਬੱਚਿਆਂ ਦੇ ਕੋਟੀਆਂ ਸਵੈਟਰ, ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਪਾਵਾਂਗੇ। ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਤੇ ਬੁਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਹੈ। ਸਿਰਫ 4 ਸਲਾਂਗਾਂ ਦਾ ਡਿਜ਼ਾਈਨ ਹੈ। ਜਦੋਂ ਆਪਾਂ 4 ਸਲਾਂਗਾਂ ਨੂੰ ਬਾਰ ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ। ਅਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ, 9 ਦੇ ਮਲਟੀਪਲ 4 ਕੁੰਡੇ ਆਪਾਂ ਵਾਧੂ ਲੈ ਲੈਣੇ ਆ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ। ਮੈਂ ਤੁਹਾਨੂੰ ਇਹ ਵਰਧਮਾਨ ਦੀ 3 ਪਲਾਈ ਪੱਛਮ ਅਤੇ 10 ਨੰਬਰ ਸਲਾਂਗਾਂ 'ਤੇ ਬਣਾ ਕੇ ਦਿਖਾ ਰਹੀ ਹਾਂ। ਤੁਸੀਂ ਸਲਾਂਗਾਂ ਆਪਣੀ ਪੱਛਮ ਦੇ ਹਿਸਾਬ ਨਾਲ ਲੈ ਲੈਣੀਆਂ। ਸਿੱਧੇ ਪਾਸੇ ਤੋਂ ਪਹਿਲੀ ਸਿਲਾਈ ਡਿਜ਼ਾਇਨ ਦੀ ਆਪਾਂ ਸ਼ੁਰੂ ਕਰਨੀ ਹੈ। ਜਿਵੇਂ ਇੱਥੇ ਛੋਟਾ ਜਿਹਾ ਮੈਂ ਬਾਰਡਰ ਬਣਾਇਆ, ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਸਿੱਧੇ ਪਾਸੇ ਤੋਂ ਡਿਜ਼ਾਇਨ ਦੀ ਪਹਿਲੀ ਸਿਲਾਈ ਸ਼ੁਰੂ ਕਰ ਲੈਣੀ ਹੈ। ਇਸ ਤਰ੍ਹਾਂ ਆਪਣੇ ਡਿਜ਼ਾਇਨ ਦੀ ਪਹਿਲੀ ਸਿਲਾਈ 4 ਕੁੰਡੇ ਆਪਾਂ ਬਣਾਵਾਂਗੇ ਉਲਟੇ। ਇੱਥੋਂ ਹੀ ਆਪਣਾ ਜਿਹੜਾ ਡਿਜ਼ਾਇਨ ਹੈ ਸ਼ੁਰੂ ਹੋ ਜਾਂਦਾ। 2 3 4 4 ਕੁੰਡੇ ਉਲਟੇ ਬਣਾਵਾਂਗੇ ਆਪਾਂ। ਥਰੈਡ ਕਰਾਂਗੇ ਪਿੱਛੇ। ਹੁਣ ਆਪਣਾ 9 ਕੁੰਡਿਆਂ ਦਾ ਡਿਜ਼ਾਇਨ ਹੈ। 9 ਕੁੰਡਿਆਂ ਵਿੱਚੋਂ 4 ਕੁੰਡੇ ਤਾਂ ਆਪਣੇ ਹੋ ਗਏ ਉਲਟੇ, ਹੁਣ 5 ਕੁੰਡੇ ਇਹ ਹੈ ਆਪਣੇ। ਤਾਂ ਪਹਿਲਾਂ ਆਪਾਂ ਕਰਾਂਗੇ ਇਸ ਤਰ੍ਹਾਂ, ਜਿਹੜੇ 3 ਕੁੰਡੇ ਆ, ਇਹ ਤੀਸਰਾ ਕੁੰਡਾ ਇਹ 2 ਕੁੰਡਿਆਂ ਦੇ ਉੱਪਰ ਦੀ ਸੁੱਟ ਦਾਂਗੇ। ਇਸ ਤਰ੍ਹਾਂ ਇੱਕ ਕੁੰਡਾ ਆਪਣਾ ਘੱਟ ਗਿਆ। ਹੁਣ ਆਪਾਂ ਇੱਕ ਕੁੰਡਾ ਸਿੱਧਾ ਬਣਾ ਲਾਂਗੇ, ਥਰੈਡ ਕਰਾਂਗੇ ਅੱਗੇ। ਜਿਹੜਾ ਕੁੰਡਾ ਆਪਣਾ ਘਟਿਆ ਸੀ, ਇਹ ਕੁੰਡਾ ਜਦੋਂ ਆਪਾਂ ਥਰੈਡ ਅੱਗੇ ਕਰਾਂਗੇ ਤਾਂ ਇੱਕ ਕੁੰਡਾ ਬਣ ਜਾਂਦਾ, ਆਪਣਾ ਜਾਲੀ ਬਣ ਜਾਂਦੀ, ਇੱਥੇ ਕੁੰਡਾ ਪੂਰਾ ਹੋ ਜਾਂਦਾ। ਫਿਰ ਇੱਕ ਕੁੰਡਾ ਬਣਾਵਾਂਗੇ ਸਿੱਧਾ ਇਸ ਤਰ੍ਹਾਂ, ਫਿਰ 2 ਕੁੰਡੇ ਬਣਾ ਦਿਆਂਗੇ ਸਿੱਧੇ ਇਸ ਤਰ੍ਹਾਂ। 9 ਕੁੰਡੇ ਹੋ ਗਏ ਆਪਣੇ, 4 ਕੁੰਡੇ ਉਲਟੇ ਬਣਾਏ, ਫਿਰ ਤੀਸਰਾ ਕੁੰਡਾ 2 ਕੁੰਡਿਆਂ ਦੇ ਉੱਪਰ ਦੀ ਸੁੱਟਿਆ, ਫਿਰ ਇੱਕ ਕੁੰਡਾ ਉਹਨਾਂ 'ਚੋਂ ਸਿੱਧਾ ਬਣਾ ਲਿਆ ਥਰੈਡ ਅੱਗੇ ਕਰਕੇ, ਫਿਰ ਇੱਕ ਕੁੰਡਾ ਸਿੱਧਾ ਬਣਾ ਲਿਆ, ਫਿਰ 2 ਕੁੰਡੇ ਸਿੱਧੇ। ਇਹੀ 9 ਕੁੰਡੇ ਆਪਾਂ ਇਹ ਸਿਲਾਈ 'ਤੇ ਬਾਰ ਬਾਰ ਰਿਪੀਟ ਕਰਦੇ ਜਾਣਾ। ਫਿਰ ਉਸੇ ਤਰ੍ਹਾਂ ਥਰੈਡ ਅੱਗੇ 4 ਕੁੰਡੇ ਉਲਟੇ, 2 3 4 ਥਰੈਡ ਕਰਾਂਗੇ ਪਿੱਛੇ। ਤੀਸਰਾ ਕੁੰਡਾ ਹੁਣ ਆਪਾਂ ਇਹਨਾਂ 2 ਕੁੰਡਿਆਂ ਦੇ ਉੱਪਰ ਦੀ ਸੁੱਟ ਦਾਂਗੇ, ਫਿਰ ਇਹਨਾਂ ਵਿੱਚੋਂ ਇੱਕ ਕੁੰਡਾ ਪਹਿਲਾਂ ਸਿੱਧਾ ਥਰੈਡ ਅੱਗੇ, ਦੂਸਰਾ ਕੁੰਡਾ ਵੀ ਸਿੱਧਾ ਬਣਾ ਲਾਂਗੇ, ਫਿਰ 2 ਕੁੰਡੇ ਆਪਣੇ ਆ ਜਾਣਗੇ ਸਿੱਧੇ ਇਸ ਤਰ੍ਹਾਂ। ਫਿਰ ਉਸੇ ਤਰ੍ਹਾਂ ਥਰੈਡ ਕਰਾਂਗੇ ਅੱਗੇ, 4 ਕੁੰਡੇ ਬਣਾਵਾਂਗੇ ਉਲਟੇ, 1 2 3 4 ਥਰੈਡ ਕਰਾਂਗੇ ਪਿੱਛੇ। ਤੀਸਰਾ ਕੁੰਡਾ ਇਹ 2 ਕੁੰਡਿਆਂ ਦੇ ਉੱਪਰ ਦੀ ਸੁੱਟ ਦਾਂਗੇ, ਇਹਨਾਂ ਵਿੱਚ ਇੱਕ ਕੁੰਡਾ ਸਿੱਧਾ ਬਣਾ ਲਾਂਗੇ, ਥਰੈਡ ਕਰਾਂਗੇ ਅੱਗੇ, ਦੂਸਰਾ ਕੁੰਡਾ ਸਿੱਧਾ, ਫਿਰ ਆਪਣੇ 1 2 ਕੁੰਡੇ ਸਿੱਧੇ ਇਸ ਤਰ੍ਹਾਂ। ਫਿਰ ਉਸੇ ਤਰ੍ਹਾਂ ਥਰੈਡ ਕਰਾਂਗੇ ਅੱਗੇ, 4 ਕੁੰਡੇ ਆਪਾਂ ਇਹ ਉਲਟੇ ਬਣਾ ਲਾਂਗੇ, ਫਿਰ ਥਰੈਡ ਕਰਾਂਗੇ ਪਿੱਛੇ। ਤੀਸਰਾ ਕੁੰਡਾ 2 ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦਾਂਗੇ, ਇੱਕ ਕੁੰਡਾ ਬਣਾਵਾਂਗੇ ਸਿੱਧਾ, ਥਰੈਡ ਕਰਾਂਗੇ ਅੱਗੇ, ਦੂਸਰਾ ਕੁੰਡਾ ਸਿੱਧਾ, ਥਰੈਡ ਕਰਾਂਗੇ ਅੱਗੇ,
ਸੋਰੀ ਥਰੈਡ ਪਿੱਛੇ ਰੱਖਾਂਗੇ, ਇਹ ਦੋ ਕੁੰਡੇ ਆਪਾਂ ਸਿੱਧੇ ਬਣਾਉਣੇ। ਹੁਣ ਥਰੈਡ ਕਰਾਂਗੇ ਅੱਗੇ, ਚਾਰ ਕੁੰਡੇ ਲਾਸਟ ਵਾਲੇ ਆਪਣੇ ਆ ਜਾਣਗੇ ਉਲਟੇ ਇਸ ਤਰ੍ਹਾਂ। ਇੱਕ ਸਿਲਾਈ ਆਪਣੇ ਡਿਜ਼ਾਇਨ ਦੀ ਕੰਪਲੀਟ ਹੋ ਗਈ, ਚਾਰ ਸਿਲਾਈਆਂ ਦਾ ਆਪਣਾ ਡਿਜ਼ਾਇਨ। ਹੁਣ ਆਪਣੀ ਆ ਗਈ ਦੂਸਰੀ ਸਿਲਾਈ ਉਲਟ ਪਾਸੇ ਤੋਂ। ਉਲਟ ਪਾਸੇ ਤੋਂ ਸਾਰੀਆਂ ਸਿਲਾਈਆਂ ਇਸ ਤਰ੍ਹਾਂ ਬਣਾਉਣੀਆਂ ਜਿਵੇਂ ਮੈਂ ਹੁਣ ਤੁਹਾਨੂੰ ਇਹ ਸਿਲਾਈ ਬਣਾ ਕੇ ਦੱਸਾਂਗੀ। ਚਾਰ ਕੁੰਡੇ ਜਿਹੜੇ ਉੱਧਰ ਉਲਟੇ ਸੀ, ਇੱਧਰ ਆਪਾਂ ਚਾਰ ਕੁੰਡੇ ਬਣਾ ਲਾਂਗੇ ਇਸ ਤਰ੍ਹਾਂ ਸਿੱਧੇ। ਥਰੈਡ ਕਰਾਂਗੇ ਅੱਗੇ, ਡਿਜ਼ਾਇਨ ਵਾਲੇ ਪੰਜ ਕੁੰਡੇ ਆਪਾਂ ਬਣਾ ਲਾਂਗੇ ਉਲਟੇ। ਇੱਕ, ਦੋ, ਤਿੰਨ, ਚਾਰ, ਪੰਜ, ਨੌਂ ਕੁੰਡੇ ਹੋ ਗਏ, ਚਾਰ ਸਿੱਧੇ ਪੰਜ ਉਲਟੇ। ਫਿਰ ਉਸੇ ਤਰ੍ਹਾਂ ਚਾਰ ਕੁੰਡੇ ਸਿੱਧੇ, ਦੋ, ਤਿੰਨ, ਚਾਰ, ਪੰਜ ਕੁੰਡੇ ਉਲਟੇ। ਇੱਕ, ਦੋ, ਤਿੰਨ, ਚਾਰ, ਪੰਜ, ਫਿਰ ਚਾਰ ਕੁੰਡੇ ਸਿੱਧੇ, ਇੱਕ, ਦੋ, ਤਿੰਨ, ਚਾਰ, ਪੰਜ ਕੁੰਡੇ ਉਲਟੇ। ਇੱਕ, ਦੋ, ਤਿੰਨ, ਚਾਰ, ਪੰਜ, ਚਾਰ ਕੁੰਡੇ ਸਿੱਧੇ, ਇੱਕ, ਦੋ, ਤਿੰਨ, ਚਾਰ, ਪੰਜ ਕੁੰਡੇ ਉਲਟੇ, ਇੱਕ, ਦੋ, ਤਿੰਨ, ਚਾਰ, ਪੰਜ। ਉਲਟੀਆਂ ਸਿਲਾਈਆਂ ਆਪਣੀਆਂ ਸਾਰੀਆਂ ਇਸੇ ਤਰ੍ਹਾਂ ਹੀ ਬਣ ਗਈਆਂ। ਲਓ ਜੀ, ਦੂਸਰੀ ਸਿਲਾਈ ਆਪਣੇ ਡਿਜ਼ਾਇਨ ਦੀ ਕੰਪਲੀਟ ਹੋ ਗਈ ਅਤੇ ਹੁਣ ਆਪਾਂ ਤੀਸਰੀ ਸਿਲਾਈ ਬਣਾਉਣੀ ਹੈ ਡਿਜ਼ਾਇਨ ਦੀ ਸਿੱਧੇ ਪਾਸੇ ਤੋਂ। ਚਾਰ ਕੁੰਡੇ ਆਪਾਂ ਬਣਾਵਾਂਗੇ ਉਲਟੇ, ਇੱਕ, ਦੋ, ਤਿੰਨ, ਚਾਰ, ਇਸ ਤਰ੍ਹਾਂ ਥਰੈਡ ਕਰਾਂਗੇ ਪਿੱਛੇ। ਹੁਣ ਜਿਹੜੇ ਪੰਜ ਕੁੰਡੇ ਆਪਣੇ ਇਹ ਡਿਜ਼ਾਇਨ ਵਾਲੇ ਆ, ਹੁਣ ਇਹਨਾਂ ਵਿੱਚੋਂ ਪਹਿਲਾਂ ਆਪਾਂ ਦੋ ਕੁੰਡੇ ਸਿੱਧੇ ਬਣਾ ਲਾਂਗੇ, ਇੱਕ, ਦੋ, ਇਸ ਤਰ੍ਹਾਂ। ਹੁਣ ਇਹ ਤਿੰਨ ਕੁੰਡਿਆਂ 'ਤੇ ਡਿਜ਼ਾਇਨ ਬਣੂਗਾ ਆਪਣਾ। ਜਿਹੜਾ ਆਪਣਾ ਇਹ ਤੀਸਰਾ ਕੁੰਡਾ, ਇਹ ਦੋ ਕੁੰਡਿਆਂ ਦੇ ਆਪਾਂ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ। ਫਿਰ ਇਹਨਾਂ ਵਿੱਚੋਂ ਇੱਕ ਕੁੰਡਾ ਸਿੱਧਾ, ਥਰੈਡ ਕਰਾਂਗੇ ਅੱਗੇ ਦੂਸਰਾ ਕੁੰਡਾ ਵੀ ਸਿੱਧਾ ਇਸ ਤਰ੍ਹਾਂ। ਫਿਰ ਉਸੇ ਤਰ੍ਹਾਂ ਥਰੈਡ ਕਰਾਂਗੇ ਅੱਗੇ ਚਾਰ ਕੁੰਡੇ ਉਲਟੇ, ਦੋ, ਤਿੰਨ, ਚਾਰ, ਥਰੈਡ ਕਰਾਂਗੇ ਪਿੱਛੇ ਦੋ ਕੁੰਡੇ ਸਿੱਧੇ। ਤਿੰਨ ਕੁੰਡਿਆਂ ਵਿੱਚੋਂ ਹੁਣ ਆਪਾਂ ਤੀਸਰਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਕੇ ਇੱਕ ਕੁੰਡਾ ਸਿੱਧਾ ਥਰੈਡ ਕਰਾਂਗੇ ਅੱਗੇ, ਦੂਸਰਾ ਕੁੰਡਾ ਵੀ ਸਿੱਧਾ। ਫਿਰ ਉਸੇ ਤਰ੍ਹਾਂ ਚਾਰ ਕੁੰਡੇ ਉਲਟੇ, ਇੱਕ, ਦੋ, ਤਿੰਨ, ਚਾਰ, ਥਰੈਡ ਕਰਾਂਗੇ ਪਿੱਛੇ ਦੋ ਕੁੰਡੇ ਸਿੱਧੇ। ਫਿਰ ਆਪਣਾ ਤੀਸਰਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਕੇ ਇੱਕ ਕੁੰਡਾ ਸਿੱਧਾ ਥਰੈਡ ਕਰਾਂਗੇ ਅੱਗੇ, ਦੂਸਰਾ ਕੁੰਡਾ ਵੀ ਸਿੱਧਾ। ਥਰੈਡ ਕਰਾਂਗੇ ਅੱਗੇ ਚਾਰ ਕੁੰਡੇ ਉਲਟੇ, ਥਰੈਡ ਕਰਾਂਗੇ ਪਿੱਛੇ। ਫਿਰ ਆਪਣੇ ਪੰਜ ਕੁੰਡਿਆਂ ਵਿੱਚੋਂ ਦੋ ਕੁੰਡੇ ਸਿੱਧੇ ਬਣਾ ਲਾਂਗੇ ਪਹਿਲਾਂ, ਤੀਸਰਾ ਕੁੰਡਾ ਜਿਹੜਾ ਆਪਣਾ ਇਹ ਹੈ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ, ਫਿਰ ਇੱਕ ਕੁੰਡਾ ਸਿੱਧਾ ਥਰੈਡ ਕਰਾਂਗੇ ਅੱਗੇ, ਦੂਸਰਾ ਕੁੰਡਾ ਵੀ ਸਿੱਧਾ। ਲਾਸਟ ਵਾਲੇ ਆਪਣੇ ਚਾਰ ਕੁੰਡੇ ਉਲਟੇ ਆ ਜਾਣਗੇ। ਤਿੰਨ ਸਿਲਾਈਆਂ ਆਪਣੇ ਡਿਜ਼ਾਇਨ ਦੀਆਂ ਕੰਪਲੀਟ ਹੋ ਗਈਆਂ, ਚੌਥੀ ਅਤੇ ਲਾਸਟ ਸਿਲਾਈ ਉਲਟ ਪਾਸੇ ਤੋਂ।
ਉਲਟ ਪਾਸੇ ਤੋਂ ਉਸੇ ਤਰ੍ਹਾਂ ਸਲਾਈਆਂ ਬਣਾਉਣੀਆਂ ਆਪਾਂ। ਚਾਰ ਕੁੰਡੇ ਸਿੱਧੇ, ਪੰਜ ਕੁੰਡੇ ਉਲਟੇ, ਇੱਕ ਦੋ ਤਿੰਨ ਚਾਰ ਪੰਜ, ਚਾਰ ਕੁੰਡੇ ਸਿੱਧੇ, ਦੋ ਤਿੰਨ ਚਾਰ, ਪੰਜ ਕੁੰਡੇ ਉਲਟੇ, ਇੱਕ ਦੋ ਤਿੰਨ ਚਾਰ ਪੰਜ, ਚਾਰ ਕੁੰਡੇ ਸਿੱਧੇ, ਦੋ ਤਿੰਨ ਚਾਰ, ਪੰਜ ਕੁੰਡੇ ਉਲਟੇ, ਇੱਕ ਦੋ ਤਿੰਨ ਚਾਰ ਪੰਜ। ਉਲਟੇ ਪਾਸੇ ਤੋਂ ਆਪਾਂ ਇਸੇ ਤਰ੍ਹਾਂ ਸਿਲਾਈ ਬਣਾਉਂਦੇ ਜਾਵਾਂਗੇ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੈ ਤਾਂ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਅਤੇ ਮੈਂ ਤੁਹਾਡੇ ਨਾਲ ਸੋਹਣੇ ਸੋਹਣੇ ਅਤੇ ਸੌਖੇ ਸੌਖੇ ਡਿਜ਼ਾਈਨ ਆ ਜਿਹੜੇ ਸਾਂਝੇ ਕਰਦੀ ਰਹਾਂ। ਲਓ ਜੀ, ਚਾਰ ਸਲਾਈਆਂ ਆਪਣੇ ਡਿਜ਼ਾਇਨ ਦੀਆਂ ਕੰਪਲੀਟ ਹੋ ਗਈਆਂ। ਜਦੋਂ ਆਪਾਂ ਚਾਰ ਸਲਾਈਆਂ ਵਾਰ ਵਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਇਸ ਤਰ੍ਹਾਂ ਦਾ ਡਿਜ਼ਾਇਨ ਹੈ ਜਿਹੜਾ ਬਣਦਾ ਜਾਂਦਾ। ਜਦੋਂ ਹੁਣ ਆਪਾਂ ਦੁਬਾਰਾ ਡਿਜ਼ਾਇਨ ਦੀ ਪਹਿਲੀ ਸਿਲਾਈ ਸ਼ੁਰੂ ਕਰਨੀ ਆ, ਉਸੇ ਤਰ੍ਹਾਂ ਚਾਰ ਕੁੰਡੇ ਉਲਟੇ, ਤੀਸਰਾ ਕੁੰਡਾ ਫਿਰ ਜਿਹੜੇ ਆਪਣੇ ਪੰਜ ਕੁੰਡੇ ਆ, ਤੀਸਰਾ ਕੁੰਡਾ ਦੋ ਦੇ ਉੱਪਰ ਦੀ ਸੁੱਟ ਕੇ ਇੱਕ ਸਿੱਧਾ ਥਰਿੱਡ ਅੱਗੇ, ਦੂਸਰਾ ਸਿੱਧਾ, ਫਿਰ ਦੋ ਸਿੱਧੇ। ਜਿਵੇਂ ਪਹਿਲੀ ਸਿਲਾਈ ਆਪਾਂ ਡਿਜ਼ਾਇਨ ਦੀ ਬਣਾਈ ਸੀ ਉਸੇ ਤਰ੍ਹਾਂ ਆਪਾਂ ਡਿਜ਼ਾਇਨ ਸ਼ੁਰੂ ਕਰ ਲੈਣਾ। ਅਤੇ ਜੇਕਰ ਤੁਸੀਂ ਦੋਨਾਂ ਕੰਨੀਆਂ 'ਤੇ ਇੱਕ ਕੁੰਡਾ ਜਿਹੜਾ ਵਾਧੂ ਰੱਖਣਾ ਚਾਹੁੰਦੇ ਹੋ, ਕੰਨੀ ਵਾਲਾ ਕੁੰਡਾ, ਤਾਂ ਇੱਕ ਇੱਕ ਕੁੰਡਾ ਜਿਹੜਾ ਵਾਧੂ ਰੱਖ ਸਕਦੇ ਹੈ। ਅਤੇ ਜਿਹੜੇ ਵਿੱਚ ਆਪਣੇ ਕੁੰਡੇ ਇਹ ਉਲਟੇ ਆ ਰਹੇ ਆ, ਇਹ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹਾਂ। ਜੇਕਰ ਤੁਸੀਂ ਇੱਥੇ ਦੋ ਕੁੰਡੇ ਉਲਟੇ ਰੱਖਣੇ, ਦੋ ਰੱਖ ਸਕਦੇ ਹਾਂ ਇਸ ਤਰ੍ਹਾਂ ਦੋ ਕੁੰਡੇ, ਫਿਰ ਪੰਜ ਕੁੰਡਿਆਂ 'ਤੇ ਡਿਜ਼ਾਇਨ, ਦੋ ਕੁੰਡੇ ਉਲਟੇ, ਪੰਜ 'ਤੇ ਡਿਜ਼ਾਇਨ, ਇਹ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੇ ਰੱਖ ਸਕਦੇ ਹਾਂ। ਤੁਹਾਨੂੰ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਅਤੇ ਜਿਹੜਾ ਡਿਜ਼ਾਇਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ। ਧੰਨਵਾਦ।